आ थले शोभदा पोस्टर ते उपर ओदे लत्ता मार रहे आ। ए वीडियो देख के गुस्सा क्यों आउंदा, जेड़ा शोभा ओदे सिर दे उपर पग बन्नी हुई आ। साडा भरा सरदार बंदा भी तुसी चार पांच लगाड़े तुसी कठे हो के ओदे पोस्टर दे उते लत्ता मार दे, थोड़ी इन्नी एकात भी तुसी केड़ी पग ते लत्ता मारो। ए गल कोई छोटी मोटी नहीं हैगी, ਉਹ ਬੰਦੇ ਦੇ ਸਿਰ ਦੇ ਉੱਪਰ ਪੱਗ ਬੰਨੀ ਹੋਈ ਹੈ, ਜਿਹੜਾ ਤੁਸੀਂ ਉੱਥੇ ਅੱਖਾਂ ਮੀਚ ਕੇ ਲੱਤਾਂ ਮਾਰੀ ਜਾਂਦੇ ਉਹਦੀ ਪੱਗ ਦੇ ਉੱਪਰ। ਸਾਰੀ ਪੰਜਾਬੀ ਇੰਡਸਟਰੀ ਦੇ ਜੀਵ ਨੂੰ ਗੱਠ ਵੱਜ ਗਈ ਹੁਣ। ਊਂ ਸਾਰੇ ਨਿੱਕੀ ਨਿੱਕੀ ਗੱਲ ਤੇ ਕੰਟਰੋਵਰਸੀ ਕਰਦੇ ਆ, ਕਦੇ ਕਿਹਦੇ ਨਾਲ ਲੜ ਪਏ, ਕਦੇ ਕਿਹਦੇ ਨਾਲ ਲੜ ਪਏ, ਕਦੇ ਕਿਹਦੇ ਨਾਲ ਟਾਈਮ ਪਾਲਿਆ, ਕਦੇ ਕਿਹਦੇ ਨਾਲ ਪਾਲਿਆ। ਜਿੱਥੇ ਚੀਜ਼ ਬੋਲਣ ਵਾਲੀ ਆ, ਜਿੱਥੇ ਖੜਨ ਦਾ ਵੇਲਾ ਉੱਥੇ ਖੜਨਾ ਨੀ। ਊਂ ਲੈਚ ਗੜੀਚੀਆਂ ਪਤਾ ਨੀ ਕਿੱਡੇ ਉਹ ਬਣ ਜਾਣਗੇ, ਬਦਮਾਸ਼ ਬੈਲੀ ਬਣ ਜਾਣਗੇ, ਪਤਾ ਨੀ ਅਸੀਂ ਕੀ ਆ। ਕਦੇ ਕਿਹਦੇ ਨਾਲ ਟਾਈਮ ਪਾਲਿਆ, ਕਦੇ ਕਿਹਦੇ ਨਾਲ ਪਾਲਿਆ। ਅੰਦਰੋਂ ਹੁੰਦਿਆਂ ਇੱਕੋ ਬਸ ਲੋਕਾਂ ਨੂੰ ਫੁੱਦੂ ਬਣਾਈ ਜਾਂਦੇ ਆ। ਊਂ ਸਾਰੇ ਨਿੱਕੀ ਨਿੱਕੀ ਗੱਲ ਤੇ ਕੰਟਰੋਵਰਸੀ ਕਰਦੇ ਆ, ਕਦੇ ਕਿਹਦੇ ਨਾਲ ਲੜ ਪਏ, ਕਦੇ ਕਿਹਦੇ ਨਾਲ ਲੜ ਪਏ, ਕਦੇ ਕਿਹਦੇ ਨਾਲ ਟਾਈਮ ਪਾਲਿਆ, ਕਦੇ ਕਿਹਦੇ ਨਾਲ ਪਾਲਿਆ। ਇਸ ਚੀਜ਼ ਦੇ ਉੱਪਰ ਸਰਕਾਰ ਨੂੰ ਗੌਰ ਕਰਨੀ ਚਾਹੀਦੀ ਆ। ਜਿਹੜੇ ਬੰਦਿਆਂ ਨੇ ਘਟੀਆ ਹਰਕਤਾਂ ਕੀਤੀਆਂ ਨੇ, ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ, ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਸ਼ੋਭਦਾ ਚਾਰੇ ਪਾਸੇ ਹੁਣ ਵਿਰੋਧ ਕੀਤਾ ਜਾ ਰਿਹਾ, ਠੀਕ ਆ ਨਾ। ਮੈਂ ਪਿਛਲੀ ਵੀਡੀਓ 'ਚ ਸਾਰੀ ਗੱਲ ਦੱਸੀ ਆ ਵੀ ਗੱਲ ਕੀ ਆ ਸਾਰੀ। ਸ਼ੋਭ ਨੇ ਇੱਕ ਇੰਡੀਆ ਡਿਸਟਰਾਇਡ ਦੀ ਜਿਹੜੀ ਫੋਟੋ ਪਾਈ ਸੀ, ਚਲੋ ਉਹਨੂੰ ਲੈ ਕੇ ਸਾਰਾ ਵਿਵਾਦ ਖੜਾ ਹੋ ਗਿਆ। ਆਪਾਂ ਉਹ ਬੰਦੇ ਦੇ ਨਾਲ ਆ ਠੋਕ ਕੇ ਆ ਸ਼ੋਭ ਦੇ ਨਾਲ ਵੀ ਬੰਦਾ ਸਹੀ ਆ, ਪੰਜਾਬ 'ਚ ਜੰਮਿਆ ਪਲਿਆ, ਪੰਜਾਬ ਦੇ ਨਾਲ ਖੜਦਾ। ਪਰ ਸਾਨੂੰ ਨਹੀਂ ਪਤਾ ਸੀ ਕਿ ਇਹ ਬੰਦੇ ਇਹੋ ਜਿਹੀਆਂ ਹਰਕਤਾਂ ਦੇ ਉੱਪਰ ਉਤਰੇ ਆਉਣਗੇ। ਆ ਵੀਡੀਓ ਦਿਖਾਈ ਨੇੜੇ ਲਿਆ ਕੇ। ਆ ਥੱਲੇ ਸ਼ੋਭਦਾ ਪੋਸਟਰ ਆ ਤੇ ਉੱਪਰ ਉਹਦੇ ਲੱਤਾਂ ਮਾਰ ਰਹੇ ਆ, ਠੀਕ ਆ ਨਾ। ਆਹ ਦੇਖੋ ਆਹ ਜਿੰਨੇ ਵੀ ਬੰਦੇ ਆ, ਆਹ ਥੱਲੇ ਸ਼ੋਭਦਾ ਪੋਸਟਰ ਆ, ਆਹ ਦੇਖੋ ਤੁਸੀਂ, ਤੇ ਉੱਤੇ ਲੱਤਾਂ ਮਾਰ ਰਹੇ ਆ ਇਹ ਬੰਦੇ, ਆਹ ਦੇਖੋ। ਤੇ ਮੈਂ ਇੱਥੇ ਇਹ ਵੀਡੀਓ ਦੇਖ ਕੇ ਗੁੱਸਾ ਕਿਉਂ ਆਉਂਦਾ, ਜਿਹੜਾ ਸ਼ੋਭਾ ਉਹਦੇ ਸਿਰ ਦੇ ਉੱਪਰ ਪੱਗ ਬੰਨੀ ਹੋਈ ਆ। ਸਾਡਾ ਭਰਾ ਸਰਦਾਰ ਬੰਦਾ ਵੀ ਤੁਸੀਂ ਚਾਰ ਪੰਜ ਲਗਾੜੇ ਤੁਸੀਂ ਇਕੱਠੇ ਹੋ ਕੇ ਉਹਦੇ ਪੋਸਟਰ ਦੇ ਉੱਤੇ ਲੱਤਾਂ ਮਾਰ ਦਿਓ, ਤੁਹਾਡੀ ਇੰਨੀ ਇਕਾਤ ਵੀ ਤੁਸੀਂ ਕਿਹਦੀ ਪੱਗ ਤੇ ਲੱਤਾਂ ਮਾਰੋ। ਇਹ ਗੱਲ ਕੋਈ ਛੋਟੀ ਮੋਟੀ ਨਹੀਂ ਹੈਗੀ, ਉਹ ਬੰਦੇ ਦੇ ਸਿਰ ਦੇ ਉੱਪਰ ਪੱਗ ਬੰਨੀ ਹੋਈ ਆ, ਜਿਹੜਾ ਤੁਸੀਂ ਉੱਥੇ ਅੱਖਾਂ ਮੀਚ ਕੇ ਲੱਤਾਂ ਮਾਰੀ ਜਾਂਦੇ ਉਹਦੀ ਪੱਗ ਦੇ ਉੱਪਰ। ਆਵੇਂ ਵੀਡੀਓ ਦਿਖਾਈ ਆ ਚਾਰੇ ਪਾਸੇ, ਵੀਡੀਓ ਵਾਇਰਲ ਹੋਈ ਜਾਂਦੀ ਆ, ਮੈਥੋਂ ਰਿਹਾ ਨਹੀਂ ਗਿਆ ਬੋਲੇ ਬਿਨਾ। ਅਸੀਂ ਪੰਜਾਬ 'ਚ ਜੰਮੇ ਪਲੇ ਆ ਤੇ ਅਸੀਂ ਆਪਦੇ ਭਰਾ ਦੇ ਨਾਲ ਖੜਾਂਗੇ ਯਾਰ, ਉਹਦਾ ਕਸੂਰ ਦੱਸੋ ਤੁਸੀਂ ਬੰਦੇ ਦਾ ਕੀ ਆ। ਜਾਂ ਉਹਨੇ ਇੱਕ ਵੀ ਲਫ਼ਜ਼ ਬੋਲਿਆ ਹੋਵੇ, ਕੋਈ ਗਲਤ ਬੋਲਿਆ ਹੋਵੇ, ਜਾਂ ਕੋਈ ਉਹਨੇ ਪਾੜ ਪਾਉਣ ਵਾਲੀ ਗੱਲ ਕੀਤੀ ਹੋਵੇ, ਗੱਲ ਤਾਂ ਉਹਨੇ ਜਮਾਂ ਸਹੀ ਕਹੀ ਆ ਨਾ। ਉੱਪਰ ਉਹਨੇ ਲਿਖਿਆ ਵੀ ਪ੍ਰੇ ਫੋਰ ਪੰਜਾਬ, ਵੀ ਪੰਜਾਬ ਦੇ ਲਈ ਅਰਦਾਸ ਕਰੋ। ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ, ਚਿੱਟਾ ਇੱਥੇ ਸ਼ਰਿਆਂ ਵਿਕਦਾ, ਤੇ ਉੱਪਰ ਦੀ ਤੁਸੀਂ ਉਹਦੀ ਤਸਵੀਰ ਥੱਲੇ ਰੱਖ ਕੇ ਉਹਦੀ ਪੱਗ ਦੇ ਉੱਪਰ ਉਹਦੇ ਮੂੰਹ ਦੇ ਉੱਪਰ ਦੀ ਲੱਤਾਂ ਮਾਰ ਰਹੇ ਹੋ। ਇਸ ਚੀਜ਼ ਦੇ ਉੱਪਰ ਸਰਕਾਰ ਨੂੰ ਗੌਰ ਕਰਨੀ ਚਾਹੀਦੀ ਆ। ਜਿਹੜੇ ਬੰਦਿਆਂ ਨੇ ਘਟੀਆ ਹਰਕਤਾਂ ਕੀਤੀਆਂ ਨੇ, ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ, ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ। ਥੱਲੇ ਕੱਲੇ ਸ਼ੋਭ ਦੀ ਤਸਵੀਰ ਨਹੀਂ ਪਈ, ਕੱਲੇ ਸ਼ੋਭ ਦਾ ਪੋਸਟਰ ਨਹੀਂ ਪਿਆ, ਜਿਹੜੀ ਉਹਦੇ ਸਿਰ ਦੇ ਉੱਪਰ ਪੱਗ ਬੰਨੀ ਹੋਈ ਆ ਉਹ ਵੀ ਪਈ ਆ। ਸਾਨੂੰ ਦੁੱਖ ਇਸ ਗੱਲ ਦਾ, ਪੱਗ ਦੇ ਉੱਪਰ ਲੱਤਾਂ ਉਹ ਬੰਦੇ ਮਾਰ ਰਹੇ ਆ। ਤੁਹਾਨੂੰ ਇਹ ਛੋਟੀ ਗੱਲ ਲੱਗਣੀ ਆ ਵੀ ਕੋਈ ਗੱਲ ਨੀ, ਪਰ ਬਹੁਤ ਵੱਡੀ ਗੱਲ ਆ ਬਾਈ ਇਹ। ਅੱਜ ਉਹ ਜਿਹੜੀ ਤਸਵੀਰ ਆ, ਤਸਵੀਰ ਦੇ ਉੱਪਰ ਪੱਗ ਆ, ਉਹਦੇ ਉੱਪਰ ਲੱਤਾਂ ਮਾਰਦੇ ਆ, ਕੱਲ ਨੂੰ ਕੁਛ ਹੋਰ ਕਰਨਗੇ। ਤੁਸੀਂ ਚੁੱਪ ਬੈਠੋ, ਕਦੋਂ ਬੋਲਾਂਗੇ ਅਸੀਂ? ਸਾਰੀ ਪੰਜਾਬੀ ਇੰਡਸਟਰੀ ਦੇ ਜੀਵ ਨੂੰ ਗੱਠ ਵੱਜ ਗਈ ਹੁਣ। ਊਂ ਸਾਰੇ ਨਿੱਕੀ ਨਿੱਕੀ ਗੱਲ ਤੇ ਕੰਟਰੋਵਰਸੀ ਕਰਦੇ ਆ, ਕਦੇ ਕਿਹਦੇ ਨਾਲ ਲੜ ਪਏ, ਕਦੇ ਕਿਹਦੇ ਨਾਲ ਲੜ ਪਏ, ਕਦੇ ਕਿਹਦੇ ਨਾਲ ਟਾਈਮ ਪਾਲਿਆ, ਕਦੇ ਕਿਹਦੇ ਨਾਲ ਪਾਲਿਆ। ਹੁਣ ਕੋਈ ਬੋਲਦਾ ਨੀ, ਸੱਪ ਸੁੰਘ ਗਿਆ ਹੁਣ ਸਾਰਿਆਂ ਨੂੰ। ਜਿੱਥੇ ਚੀਜ਼ ਬੋਲਣ ਵਾਲੀ ਆ, ਜਿੱਥੇ ਖੜਨ ਦਾ ਵੇਲਾ ਉੱਥੇ ਖੜਨਾ ਨੀ। ਊਂ ਲੈਚ ਗੜੀਚੀਆਂ ਪਤਾ ਨੀ ਕਿੱਡੇ ਉਹ ਬਣ ਜਾਣਗੇ, ਬਦਮਾਸ਼ ਬੈਲੀ ਬਣ ਜਾਣਗੇ, ਪਤਾ ਨੀ ਅਸੀਂ ਕੀ ਆ। ਕਦੇ ਕਿਹਦੇ ਨਾਲ ਟਾਈਮ ਪਾਲਿਆ, ਕਦੇ ਕਿਹਦੇ ਨਾਲ ਪਾਲਿਆ। ਅੰਦਰੋਂ ਹੁੰਦਿਆਂ ਇੱਕੋ ਬਸ ਲੋਕਾਂ ਨੂੰ ਫੁੱਦੂ ਬਣਾਈ ਜਾਂਦੇ ਆ। ਹੁਣ ਸ਼ੋਭ ਦੇ ਨਾਲ ਕੋਈ ਖੜਾ, ਮੈਨੂੰ ਐਂ ਦੱਸੋ।
ਹੁਣ ਨਾਲ ਖੜਨ ਦਾ ਵੇਲਾ ਮੈਂ ਤਾਂ ਬਾਰ ਬਾਰ ਇੱਕੋ ਗੱਲ ਕਹਿਣਾ ਸਾਨੂੰ ਆਪਦੇ ਭਰਾ ਦੇ ਨਾਲ ਖੜਨਾ ਚਾਹੀਦਾ ਤੇ ਜਿਹੜੇ ਬੰਦਿਆਂ ਨੇ ਹਰਕਤਾਂ ਕੀਤੀਆਂ ਜਿਹੜੀ ਮੈਂ ਵੀਡੀਓ ਦਿਖਾਈ ਆ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਮੇਰੇ ਕੋਲ ਇਹ ਵੀਡੀਓ ਪਹੁੰਚੀ ਆ ਤੇ ਮੈਂ ਇੱਕ ਚੀਜ਼ ਹੋਰ ਕਹਿਣਾ ਜਿਹੜੇ ਚ ਬੰਦੇ ਆ ਨਾ ਇਹ ਚ ਵੀਡੀਓ ਚ ਮੇਰੇ ਕੋਲ ਕਲੀਅਰ ਨਹੀਂ ਆਉਂਦੇ ਇਹਨਾਂ ਦੀ ਵੀਡੀਓ ਮੈਨੂੰ ਕਲੀਅਰ ਭੇਜੋ ਤਾਂ ਮੈਂ ਇਕੱਲੇ ਇਕੱਲੇ ਦਾ ਮੂੰਹ ਦਿਖਾਵਾਂ ਅਸੀਂ ਕਾਰਵਾਈ ਦੀ ਮੰਗ ਕਰਦੇ ਆ ਜਿਹੜੇ ਆ ਚਾਰ ਪੰਜ ਬੰਦੇ ਵੀਡੀਓ ਚ ਹੈਗੇ ਆ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਤੇ ਮੇਰੀ ਇਹ ਵੀਡੀਓ ਸ਼ੇਅਰ ਕਰਕੇ ਹਰ ਇੱਕ ਦੇ ਫੋਨ ਦੇ ਵਿੱਚ ਪਹੁੰਚਾਉਣਾ ਤੁਹਾਡਾ ਫਰਜ਼ ਆ ਹੁਣ ਬਸ ਇੰਨੀਆਂ ਬੇਨਤੀਆਂ ਕਰਨੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।